लहरागागा विधानसभा हलका में पंजाब सरकार की तरफ से एमएलए वरिंद्र कुमार गोयल ने मुनक शहर में आग की बढ़ती घटनाओं को काबू करने के लिए इलाका वासियों के लिए सौंपी दो फायर ब्रिगेड गाड़ियां। कुछ ही दिन पहले लहरागागा विधानसभा हलके में मुनक इलाके में 5 से 7 गांव को आग ने ले लिया था अपनी चपेट में। आग के कारण किसानों की फसलों का हुआ था भारी नुकसान और उसके साथ साथ कई पशु आग में झुलसे और कईयों की अपनी जान गंवा दी। उस हादसे के बाद एमएलए वरिंद्र कुमार गोयल ने मुनक इलाके में की थी फायर ब्रिगेड की मांग। उसके बाद पंजाब सरकार की तरफ से के इलाके के लिए 2 फायर ब्रिगेड गाड़ियां दे दी गई। आइए देखते हैं पूरी खबर। पूरी फायर ब्रिगेड मिली बिल्कुल जी, जिवें साडे भरा पहला कोई नदी सारी ने दस्या है कि साडे हलके दी बहुत पुरानी अते इक प्रमुख मंग जिहड़ी पिछले 70 सालां तों सी, हर साल इत्थे किसी दुकान नूं अग लग गई, खेतां च अग लग गई, साडे किसान भरावां दे थोड़े दिन पहलां वी कई पिंडां च अग लगी। अज तक इह पुरानी सी होई डिमांड, वड्डे वड्डे लीडर रह चुके जी, मुख्यमंत्री रह चुके, वित्त मंत्री रह चुके, ਸਾਡੇ ਨਾਲ ਤਾਂ ਮਜ਼ਾਕ ਹੀ ਹੁੰਦਾ ਰਿਹਾ ਹੁਣ ਤੱਕ। ਜਿਵੇਂ ਪਹਿਲਾਂ ਸੁਖਬੀਰ ਬਾਦਲ ਸਾਹਿਬ ਨੇ ਇੱਕ ਘੜੂਕਾ ਜਿਹਾ ਬਣਾ ਕੇ ਚਲਾਇਆ ਸੀ, ਜਿਵੇਂ ਆਪਾਂ ਡੂਬੀ ਚਲਾਉਣ ਲੱਗੇ ਹਾਂ, ਇੱਦਾਂ ਹੀ ਸਾਡੇ ਨਾਲ ਪਿਛਲੇ 2 ਸਾਲ ਪਹਿਲਾਂ ਕਾਂਗਰਸ ਸਰਕਾਰ ਵਿੱਚ ਸਾਡੇ ਲਹਿਰੇ ਇੱਕ ਸਾਡੇ ਭਰਾ ਦੀ ਮਿੱਤਰ ਦੀ ਦੁਕਾਨ ਨੂੰ ਬੜੀ ਭਿਆਨਕ ਅੱਗ ਲੱਗੀ ਸੀ, ਬੜਾ ਹੱਲਾ ਗੁੱਲਾ ਕੀਤਾ ਗਿਆ ਲਹਿਰੇ ਦੇ ਵਿੱਚ। ਤਾਂ ਸਾਡੇ ਨਾਲ ਬੀਬੀ ਭੱਠਲ ਨੇ ਵੀ ਇੱਕ ਮਜ਼ਾਕ ਕੀਤਾ, 5,000 ਲੀਟਰ ਦੀ ਟੈਂਕੀ ਦੇ ਉੱਪਰ ਇੱਕ ਟੁੱਲੂ ਪੰਪ ਲਵਾ ਕੇ ਫਾਇਰ ਬ੍ਰਿਗੇਡ ਲਿਖਾ ਕੇ ਉਹਨੂੰ ਬਾਜ਼ਾਰ 'ਚ ਗੇੜੇ ਦਿੱਤੇ, ਅਤੇ ਹਮੇਸ਼ਾ ਤੋਂ ਸਾਡੇ ਨਾਲ ਮਜ਼ਾਕ ਕਰਦੇ ਆਏ ਨੇ। ਔਰ ਅੱਜ ਅਸੀਂ ਸਾਰੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ, ਸਾਡੇ CM ਮਾਨ ਸਾਹਿਬ ਅਤੇ ਸਾਡੇ MLA ਵਰਿੰਦਰ ਗੋਇਲ ਜੀ, ਜਿਨ੍ਹਾਂ ਨੇ ਐਡੀ ਵੱਡੀ ਜਿਹੜੀ ਬਹੁਤ ਭਾਰੀ ਵੱਡੀ ਮੰਗ ਨੂੰ ਅੱਜ ਪੂਰਾ ਕਰਕੇ ਦਿਖਾਇਆ। ਬਹੁਤ ਬਹੁਤ ਇਹ ਧੰਨਵਾਦੀ ਨੇ ਸਾਰੇ ਹਲਕੇ ਵੱਲੋਂ, ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਫਾਇਰ ਬ੍ਰਿਗੇਡਾਂ ਲੈ ਕੇ ਅੱਜ ਜਿਹੜੀ ਮੰਗ ਹੈ ਉਹ ਪੂਰੀ ਹੋਈ। ਸਭ ਤੋਂ ਪਹਿਲਾਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ, ਇਹਨਾਂ ਨੇ ਬਹੁਤ ਲੰਮੇ ਸਮੇਂ ਤੋਂ ਜੋ ਹਲਕਾ ਲਹਿਰਾਗਾਗਾ ਦੀ ਮੰਗ ਸੀ, ਕਿਉਂਕਿ ਆਪਾਂ ਪਿੱਛੇ ਵੀ ਦੇਖਿਆ 3-4 ਦਿਨ ਪਹਿਲਾਂ ਇੱਥੇ 4-5 ਪਿੰਡਾਂ ਦੇ ਵਿੱਚ ਬਹੁਤ ਭਿਆਨਕ ਅੱਗ ਲੱਗੀ ਅਤੇ ਬਹੁਤ ਵੱਡਾ ਨੁਕਸਾਨ ਹੋਇਆ। ਅਸੀਂ ਲਹਿਰੀਗਾਗੇ ਦੇ ਵਿੱਚ ਵੀ ਦੇਖਿਆ 3-4 ਦੁਕਾਨਾਂ ਇੱਥੇ ਮੂਨਕ ਪਿੱਛੇ ਜਿਹੀ ਕਿਸੇ ਇੱਕ ਵਰਕਰ ਦਾ ਘਰ ਵੀ ਜਲਿਆ। ਜੇ ਇਹ ਫੈਸਿਲਿਟੀ ਪਹਿਲਾਂ ਤੋਂ ਦਿੱਤੀ ਜਾਂਦੀ ਤਾਂ ਇਹ ਅਣਸੁਖਾਵੀ ਜਿਹੜੀਆਂ ਘਟਨਾਵਾਂ ਨੇ ਉਹਨਾਂ ਤੋਂ ਰਾਹਤ ਮਿਲਦੀ। ਪਰ ਚਲੋ ਦੇਰ ਦਰੁਸਤ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਸੋ MLA ਸਾਹਿਬ ਪੂਰਾ ਤਨਦੇਹੀ ਦੇ ਨਾਲ ਦਿਨ ਰਾਤ ਇੱਥੇ ਮਿਹਨਤ ਕਰ ਰਹੇ ਨੇ ਅਤੇ ਕਾਫੀ ਹੱਦ ਤੱਕ ਜੋ ਲੋਕਾਂ ਦੀਆਂ ਮੁਸ਼ਕਲਾਂ ਨੇ ਉਹ ਹੱਲ ਹੋ ਵੀ ਰਹੀਆਂ ਨੇ ਅਤੇ ਵਿਸ਼ਵਾਸ ਦਵਾਇਆ ਕਿ ਜੋ ਵੀ ਮੁਸ਼ਕਲ ਆ ਰਹੀਆਂ ਨੇ ਅਗਲੇ ਜਿਹੜੇ ਵੀ ਸਿਸਟਮ ਨਾਲ ਮੰਤਰੀਆਂ ਨੂੰ ਮਿਲ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਯਤਨਾਂ ਸਦਕਾ ਅਸੀਂ ਵੱਧ ਤੋਂ ਵੱਧ ਇੱਥੇ ਕੰਮ ਹਲਕੇ ਦੇ ਭਵਿੱਖ ਦੇ ਚੰਗੇ ਭਵਿੱਖ ਦੇ ਕਰਦੇ ਰਹਾਂਗੇ। ਸਰ ਜੀ, ਅੱਜ ਤੁਸੀਂ ਫਾਇਰ ਬ੍ਰਿਗੇਡ ਲੈ ਕੇ ਮੁਣਕ ਪਹੁੰਚੋ, ਕਾਫੀ ਦੇਰ ਤੋਂ ਜਿਹੜੀ ਮੰਗ ਲਟਕਦੀ ਆ ਰਹੀ ਸੀ, ਕਿਵੇਂ ਦੇਖ ਰਹੇ ਸੀ? ਦੇਖੋ, ਬਹੁਤ ਵਧੀਆ ਹੋਇਆ, ਕਾਫੀ ਦਿਨ ਤੋਂ ਜਿਵੇਂ ਤੁਸੀਂ ਖੁਦ ਹੀ ਕਹਿ ਰਹੇ ਹਾਂ ਬਹੁਤ ਲੰਬੇ ਸਮੇਂ ਤੋਂ ਮੰਗ ਸੀ, 50 ਸਾਲ ਤੋਂ ਲੋਕ ਜਦ ਵੀ ਕੋਈ ਇਲੈਕਸ਼ਨ ਹੁੰਦਾ ਕੁਛ ਵੀ ਹੁੰਦਾ ਇਹੀ ਗੱਲ ਰੱਖਦੇ ਸੀ ਕਿ ਸਾਡੇ ਫਾਇਰ ਬ੍ਰਿਗੇਡ ਹੋਣਾ ਚਾਹੀਦਾ। ਪਰ ਇਸ ਫਾਇਰ ਬ੍ਰਿਗੇਡ ਦੀ ਗੱਲ 'ਤੇ ਰਾਜਨੀਤੀ ਵੀ ਬਹੁਤ ਹੁੰਦੀ ਰਹੀ ਆ, ਕਿਉਂਕਿ ਪਿੱਛੇ ਕਈ ਕਹਿੰਦੇ ਰਹੇ ਜੀ ਅਸੀਂ ਤਾਂ ਪੈਸੇ ਜਮ੍ਹਾਂ ਕਰਾਤੇ ਅਤੇ ਉਹ ਪੈਸੇ ਨਹੀਂ ਕਿਤੇ ਵੱਗ ਗਏ, ਪਤਾ ਨਹੀਂ ਕਿਸੇ ਨੇ ਬਦਲ ਤੇ, ਪਤਾ ਨਹੀਂ ਕਿਆ ਹੋ ਗਿਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਲਿਆ ਦੇਵਾਂਗੇ ਜੀ, ਅਸੀਂ ਭੇਜ ਦਾਂਗੇ ਜੀ, ਉਹ ਸਾਰੀ ਡਰਾਮੇਬਾਜ਼ੀ ਹੁੰਦੀ ਰਹੀ। ਪਰ ਸਾਡੇ ਇੱਥੇ ਨੁਕਸਾਨ ਹੋਇਆ, ਪਿਛਲੇ ਦਿਨੀਂ 5 ਪਿੰਡਾਂ ਦੇ ਵਿੱਚ ਅੱਗ ਲੱਗ ਗਈ, ਬਹੁਤ ਵੱਡਾ ਨੁਕਸਾਨ ਹੋਇਆ। ਕੰਮ ਕਰਨ ਦਾ ਢੰਗ ਤਾਂ ਇਹ ਹੁੰਦਾ, ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੇ ਮੁੱਖ ਮੰਤਰੀ ਨੇ ਇਹ ਮਹਿਸੂਸ ਕੀਤਾ, ਕਿਉਂਕਿ ਉਹ ਧਰਤੀ ਤੋਂ ਜੁੜੇ ਹੋਏ ਲੋਕ ਨੇ ਧਰਤੀ ਦੇ ਨਾਲ। ਪਿੱਛੇ ਸ਼ਾਇਦ ਤੁਹਾਨੂੰ ਯਾਦ ਹੋਏਗਾ ਇੱਥੇ ਹਲਕੇ ਲਹਿਰੇ ਦੇ ਵਿੱਚ ਅੱਗ ਲੱਗ ਗਈ, ਝਾੜੀਆਂ ਦੇ ਵਿੱਚ ਵੜ ਕੇ ਸਰਦਾਰ ਭਗਵੰਤ ਸਿੰਘ ਮਾਨ ਨੇ ਖੁਦ ਅੱਗ ਬੁਝਾਈ ਸੀ। ਉਹ ਮਜਬੂਰੀ ਸਮਝਦੇ ਆ ਕਿ ਲੋਕਾਂ ਦੀ ਦਿੱਕਤ ਕੀ ਹੈ। ਸੋ ਉਹਨਾਂ ਨੇ ਮਹਿਸੂਸ ਕੀਤਾ ਕਿ ਇੱਥੇ ਫਾਇਰ ਬ੍ਰਿਗੇਡ ਦੀ ਬਹੁਤ ਜ਼ਰੂਰਤ ਆ। ਪਹਿਲਾਂ ਬਸ਼ਹਿਰੇ ਪਿੰਡ ਦੀ ਅਤੇ ਹਮੀਰਗੜ੍ਹ ਦੀ 60 ਕਿੱਲੇ ਖੜ੍ਹੀ ਕਣਕ ਸੜ ਗਈ, ਉਸ ਤੋਂ ਬਾਅਦ ਬਣਿਆ ਆਪਣਾ ਅੰਦਾਣੇ ਪਿੰਡ ਦੀ ਕਣਕ ਸੜ ਗਈ, ਲਹਿਰੇ ਕ੍ਰਿਸ਼ਨਾ ਕਾਟਨ ਫੈਕਟਰੀ ਨੂੰ ਅੱਗ ਲੱਗ ਗਈ। ਆਹ ਹੁਣ 5 ਪਿੰਡਾਂ 'ਚ ਜਿਹੜੀ ਤਬਾਹੀ ਹੋਈ ਆ ਉਹ ਸਾਰਿਆਂ ਦੇ ਸਾਹਮਣੇ ਆ। ਸਰ, ਇਹ ਫਾਇਰ ਬ੍ਰਿਗੇਡਾਂ ਕਿੰਨੀਆਂ ਆਈਆਂ ਨੇ, ਕਿਹੜੀ ਲੋਕੇਸ਼ਨ ਹੈ, ਕਿਵੇਂ ਕਿਵੇਂ ਦੀਆਂ ਨੇ? ਉਹੀ ਦੱਸ ਰਿਹਾ। ਤੋ ਇਸ ਗੱਲ ਨੂੰ ਮਹਿਸੂਸ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਨਾ ਤਾਂ ਕੋਈ ਪੈਸੇ ਜਮ੍ਹਾਂ ਕਰਾਏ, ਨਾ ਕੋਈ ਵਾਅਦਾ ਕੀਤਾ, ਸਿੱਧੀਆਂ ਬੁਲਾ ਕੇ 2 ਗੱਡੀਆਂ ਦਾ ਸਾਡੇ ਹਵਾਲੇ ਕਰਦੀਆਂ, ਕਹਿੰਦੇ ਲੈ ਜਾਓ ਤੁਹਾਡਾ ਫਾਇਰ ਬ੍ਰਿਗੇਡ ਸਟੇਸ਼ਨ ਮੰਜੂਰ। ਇਹਨਾਂ ਦਾ ਸੈਂਟਰ ਪੁਆਇੰਟ ਕਿੱਥੇ ਹੋਊਗਾ ਜੀ? ਇਹਨਾਂ ਦਾ ਸੈਂਟਰ ਪੁਆਇੰਟ ਮੁਣਕ ਹੋਏਗਾ, ਮੁਣਕ ਇੱਥੇ ਸਥਾਪਿਤ ਕੀਤੀਆਂ ਜਾਣਗੀਆਂ। ਆਉਣ ਵਾਲੇ 7 ਦਿਨਾਂ ਦੇ ਵਿੱਚ ਅਸੀਂ 15-18 ਬੰਦੇ ਭਰਤੀ ਕਰਕੇ, ਜਿਹੜੇ ਫਾਇਰਮੈਨ, ਜਿਹੜੇ ਫਾਇਰ ਆਫਿਸ
ਅਫਸਰ ਜੋ ਵੀ ਇਹਦੇ ਲਈ ਅਮਲਾ ਕਰਨਾ ਚਾਹੀਦਾ ਉਹ ਸਾਰਾ ਅਸੀਂ ਇੱਕ ਹਫ਼ਤੇ ਦੇ ਵਿੱਚ ਵਿੱਚ ਕਰਕੇ ਉਹ ਇੱਥੇ ਇੰਸਟਾਲ ਕਰ ਦਿਆਂਗੇ। ਇਹਨੂੰ ਮਤਲਬ ਚਾਲੂ ਤਾਂ ਅੱਜ ਹੀ ਨੇ ਇਹ, ਹਾਂਜੀ ਪਾਣੀ ਦੇ ਭਰ ਕੇ ਆਏ ਹੋਏ ਨੇ। अग लागी बंदे अंदर फस गए तो हाइड्रोलिक इस तरह की मशीन है वो कंध नूं भी पाड़ के परे कर देगी, सीधा बंदे नूं कट सकती है जे कोई अनफॉर्चुनेटली एक्सीडेंट हो जाए। अब उपलब्ध है 1100 प्लस डिजिटल केबल नेटवर्क पर एन एंड्रॉइड बेस्ड डीटीएच स्मार्ट सेटअप बॉक्स सभी ओटीटी प्लेटफॉर्म 24 घंटे लाइव देखिए हमारे सोशल मीडिया पेजेस पर।